ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਚੈਨਲ ਸੋ ਗਾਈਜ਼ ਅੱਜ ਹੈ ਬਹੁਤ ਸਪੈਸ਼ਲ ਡੇ ਐਂਡ ਟੁਡੇ ਇਜ਼ ਮਾਈ ਮਮਸ ਬਰਥਡੇ ਹੈਪੀ ਬਰਥਡੇ ਮਮਾ ਥੈਂਕ ਯੂ ਸੋ ਤੁਸੀਂ ਸਾਰੇ ਜਾਣੇ ਵੀ ਮੇਰੀ ਮਮਾ ਨੂੰ ਥੱਲੇ ਕਮੈਂਟ ਕਰਕੇ ਵਿਸ਼ ਕਰੋ ਐਂਡ ਬਹੁਤ ਸਾਰੀਆਂ ਬਲੈਸਿੰਗਸ ਵਿਸ਼ਿਜ਼ ਐਂਡ ਪਿਆਰ ਸਭ ਕੁਛ ਕਮੈਂਟ ਕਰੋ ਸੋ ਗੋ ਐਂਡ ਡੂ ਇਟ ਨਾਓ ਸੋ ਹੁਣੇ ਅੱਜ ਮੇਰੀ ਮਾਰਨਿੰਗ ਬੜੀ ਜਲਦੀ ਹੋ ਗਈ ਸੀ ਰਾਤ ਮੈਂ ਮੰਮੀ ਨੂੰ ਵਿਸ਼ ਨਹੀਂ ਕਰ ਪਾਈ ਬਿਕਾਜ਼ ਮੈਂ 11 ਵਜੇ ਹੀ ਸੋ ਗਈ ਸੀ ਮਤਲਬ ਪਤਾ ਨਹੀਂ ਜਨਮਾ ਬਾਅਦ ਹੋਇਆ ਇੱਦਾਂ ਕਿ ਮੈਂ 11 ਵਜੇ ਸੋ ਗਈ ਅਤੇ ਮੇਰੀ ਸਿਸਟਰ ਦਾ ਮੈਨੂੰ ਮੈਸੇਜ ਆਇਆ ਹੋਇਆ ਸੀਗਾ ਤੂੰ ਮੰਮੀ ਨੂੰ ਵਿਸ਼ ਕੀਤਾ ਅਤੇ ਫਿਰ ਮੈਂ ਸਵੇਰੇ ਉੱਠ ਕੇ ਸਵੇਰੇ ਮੈਂ ਉੱਠ ਗਈ ਸੀ 6:30 ਵਜੇ ਫਿਰ ਮੈਂ ਸਵੇਰੇ ਜਲਦੀ ਉੱਠ ਗਈ ਸੀਗੀ ਫਿਰ ਮੈਂ ਮੰਮਾ ਨੂੰ ਵਿਸ਼ ਕੀਤਾ ਐਂਡ ਮੰਮਾ ਬਲਰ ਆ ਰਹੇ ਨੇ ਕਿਉਂਕਿ ਮੈਂ ਸਿਨੇਮੈਟਿਕ ਵੀਡੀਓ ਬਣਾ ਰਹੀ ਹਾਂ ਤਾਂ ਕਰਕੇ ਸੋ ਹੁਣੇ ਆਪਾਂ ਚੱਲੇ ਇੱਕ ਬਹੁਤ ਜ਼ਿਆਦਾ ਜ਼ਰੂਰੀ ਕੰਮ ਕਰਨ ਐਂਡ ਉਹ ਸਰਪ੍ਰਾਈਜ਼ ਹੈ ਕੀ ਹੈ ਕੀ ਨਹੀਂ ਹੈ ਉਹ ਤੁਹਾਨੂੰ ਅੱਗੇ ਪਤਾ ਲੱਗ ਜੂਗਾ ਇਫ ਡਨ ਹੁੰਦਾ ਫਿਰ ਮੈਂ ਤੁਹਾਨੂੰ ਦਿਖਾਉਂਗੀ ਸੋ ਨਾਓ ਆਪਾਂ ਆਪਣੀ ਲੋਕੇਸ਼ਨ 'ਤੇ ਪਹੁੰਚ ਗਏ ਹਾਂ ਐਂਡ ਵੀ ਆਰ ਵੈਰੀ ਮੱਚ ਲੇਟ ਆਪਾਂ 12 ਵਜੇ ਪਹੁੰਚਣਾ ਸੀਗਾ ਲੇਕਿਨ ਬਿਕੋਜ਼ ਆਫ ਮੀ ਮੇਰੇ ਥੋੜ੍ਹਾ ਬੈਕ ਪੇਨ ਦਾ ਇਸ਼ੂ ਚੱਲ ਰਿਹਾ ਸੋ ਮੇਰੇ ਪੇਨ ਹੋ ਰਿਹਾ ਸੀ ਤਾਂ ਮੈਂ ਰੈਸਟ ਕਰਨ ਲੱਗ ਗਈ ਫਿਰ ਉੱਠ ਕੇ ਮਤਲਬ ਦੁਬਾਰਾ ਸੌਂਗੀ ਸੀ ਸੋ ਇਸ ਕਰਕੇ ਆਪਾਂ ਲੇਟ ਹਾਂ ਸੋ ਗਾਈਸ ਜਿਵੇਂ ਸਰਪ੍ਰਾਈਜ਼ ਸਾਡਾ ਡਨ ਹੋਊਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਹੁਣ ਆਪਾਂ ਨਿਕਲ ਗਏ ਹਾਂ ਹੋਸਪਿਟਲ ਲਈ ਬਿਕਾਜ਼ ਮੇਰੇ ਪੇਨ ਬਹੁਤ ਜ਼ਿਆਦਾ ਸੀ ਉਧਰੋਂ ਆਪਣੇ ਬਰਥਡੇ ਵਾਲੇ ਦਿਨ ਹੋਸਪਿਟਲ ਆ ਕੇ ਕਿੱਦਾਂ ਕੈਸਾ ਲੱਗ ਰਿਹਾ ਆਪਣੇ ਬਰਥਡੇ ਵਾਲੇ ਦਿਨ ਹੋਸਪਿਟਲ ਆ ਕੇ ਅੱਛਾ ਨਹੀਂ ਲੱਗ ਰਿਹਾ ਗਾਈਸ ਮੈਂ ਆਪਣਾ ਚੈੱਕਅਪ ਕਰਾਉਣੇ ਆਈ ਹਾਂ ਬਿਕਾਜ਼ ਆਈ ਐਮ ਇਨ ਵੈਰੀ ਮੱਚ ਪੇਨ ਐਂਡ ਮੈਨੇ ਆਪਣੀ ਮਾਂ ਕੋ ਦੁਖੀ ਕਰਾ ਹੋਇਆ ਉਸ ਦਰਦ ਕੀ ਵਜ੍ਹਾ ਸੇ ਸੋ ਵੀ ਥੋਟ ਕਿ ਚਲੋ ਚੈੱਕ ਕਰਾ ਲੈਤੇ ਲੈਟਸ ਗੋ ਆਪਾਂ ਗਏ ਸੀ ਸੁਹਾਣਾ ਹੋਸਪਿਟਲ ਮੇਰੇ ਕਿਸੇ ਫਰੈਂਡ ਨੇ ਮੈਨੂੰ ਸੁਜੈਸਟ ਕੀਤਾ ਸੀ ਇਹ ਹੋਸਪਿਟਲ 'ਤੇ ਜਾਂਦੇ ਹੀ ਉਹਨਾਂ ਨੇ ਜਿਹੜੀ ਸਲਿੱਪ ਬਣਾਈ ਕੰਸਲਟੇਸ਼ਨ ਦੇ ਡਾਕਟਰ ਦੇ ਇਹਨਾਂ ਨੇ ਚਾਰਜਿਸ ਲਏ 200 ਰੁਪੀਜ਼ ਐਂਡ ਦੈਨ ਮੈਂ ਡਾਕਟਰ ਨੂੰ ਮਿਲੀ ਅਤੇ ਡਾਕਟਰ ਨੇ ਮੈਨੂੰ ਐਕਸਰੇ ਲਈ ਕਿਹਾ ਦੈਨ ਮੇਰੇ ਐਕਸਰੇ ਹੋਏ ਐਕਸਰੇ ਇੱਕ ਲੋਅਰ ਬੈਕ ਦਾ ਹੋਇਆ ਅਤੇ ਇੱਕ ਨੈੱਕ ਦਾ ਹੋਇਆ ਅਤੇ ਉਹਨਾਂ ਨੇ ਸਾਰੇ ਐਕਸਰੇ ਚੈੱਕ ਕਰਨ ਤੋਂ ਬਾਅਦ ਮੈਨੂੰ ਰਿਕਮੈਂਡ ਕੀਤਾ ਕਿ ਤੁਹਾਨੂੰ ਫਿਜ਼ੀਓਥੈਰੇਪੀ ਲੈਣੀ ਪੈਣੀ ਹੈ ਮਿਨੀਮਮ ਉਹਨਾਂ ਨੇ ਕਿਹਾ ਕਿ ਤੁਹਾਨੂੰ 1 ਵੀਕ ਤਾਂ ਲੈਣੀ ਪੈਣੀ ਹੈ ਫਿਜ਼ੀਓਥੈਰੇਪੀ ਉਸ ਤੋਂ ਬਾਅਦ ਦੇਖਾਂਗੇ ਕੀ ਰਿਜ਼ਲਟਸ ਨੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਹੀਟਿੰਗ ਪੈਕ ਵਗੈਰਾ ਲਾ ਕੇ ਰੱਖਿਆ ਮਿਨੀਮਮ 20-30 ਮਿੰਟਸ ਤੱਕ ਐਂਡ ਇੱਕ ਤਾਂ ਲੋਅਰ ਬੈਕ 'ਤੇ ਅਤੇ ਇੱਕ ਨੈੱਕ ਦੇ ਕੋਲ ਬਿਕਾਜ਼ ਮੇਰੇ ਬਹੁਤ ਜ਼ਿਆਦਾ ਪੇਨ ਉੱਥੇ ਹੀ ਹੁੰਦਾ ਐਂਡ ਆਫਟਰ ਦੈਟ ਉਹਨਾਂ ਨੇ ਮੈਨੂੰ ਮਸ਼ੀਨ ਨਾਲ ਜਿਹੜੀ ਥੈਰੇਪੀ ਦਿੱਤੀ ਉਹਦੇ ਨਾਲ ਮੇਰੇ ਮਸਲਸ ਬਹੁਤ ਜ਼ਿਆਦਾ ਪੇਨ ਕਰ ਰਹੇ ਸੀਗੇ ਮਤਲਬ ਐਗਜੈਕਟਲੀ ਮੇਰੇ ਜਿੱਥੇ ਪੇਨ ਹੁੰਦੀ ਹੈ ਉੱਥੇ ਬਹੁਤ ਜ਼ਿਆਦਾ ਪੇਨ ਹੋ ਰਹੀ ਸੀ ਉਸ ਤੋਂ ਬਾਅਦ ਮੈਂ ਹੋ ਗਈ ਫ੍ਰੀ ਸੋ ਮੈਂ ਮੰਮਾ ਮੇਰਾ ਵੇਟ ਕਰ ਰਹੇ ਸੀਗੇ ਇਹਨਾਂ ਨੇ ਮੇਰੇ ਤੋਂ ਐਕਸਰੇ ਲਈ 800 ਰੁਪੀਜ਼ ਚਾਰਜ ਕੀਤੇ ਐਂਡ ਥੈਰੇਪੀ ਵਾਸਤੇ 1000 ਰੁਪੀਜ਼ ਬਿਕਾਜ਼ 2 ਜੁਆਇੰਟ ਦੀ ਥੈਰੇਪੀ ਕੀਤੀ ਸੋ 500 ਈਚ ਹੋਸਪਿਟਲ ਤੋਂ ਆਪਾਂ ਨਿਕਲ ਗਏ ਹਾਂ ਅਤੇ ਡਾਕਟਰ ਨੇ ਦਵਾਈਆਂ ਲਿਖਤੀਆਂ ਇੰਨੀਆਂ ਸਾਰੀਆਂ ਅਤੇ ਥੈਰੇਪੀ ਕਰਾਉਣ ਨੂੰ ਕਿਹਾ 10 ਦਿਨ ਤੱਕ ਅਤੇ ਉਹ ਹੌਟ ਕੀ ਹੁੰਦਾ ਮੰਮੀ ਉਹ ਆਈਸ ਪੈਕ ਉਹ ਹੌਟ ਪੈਕ ਲਾਉਣਾ 20 ਮਿੰਟ ਸਵੇਰੇ 20 ਮਿੰਟ ਸ਼ਾਮੀ 2 ਟਾਈਮ ਦਿਨ 'ਚ ਅਤੇ ਦਵਾਈਆਂ ਖਾਣੀਆਂ ਰੱਜ ਕੇ ਅਤੇ ਡਾਕਟਰ ਕਹਿੰਦਾ ਸਹੀ ਟਾਈਮ 'ਤੇ ਆ ਗਿਓ ਸਰਵਾਈਕਲ 'ਚ ਕਨਵਰਟ ਹੋ ਜਾਣੀ ਸੀ ਤੁਹਾਡੀ ਬਿਮਾਰੀ ਬਟ ਹਾਲੇ ਤੁਸੀਂ ਇਹਨੂੰ ਕਵਰ ਕਰ ਸਕਦੇ ਹੋ ਜੇ ਥੋੜ੍ਹਾ ਟਾਈਮ ਹੋਰ ਨਾ ਆਉਂਦੇ ਤਾਂ ਸਰਵਾਈਕਲ ਬਣ ਜਾਣਾ ਸੀ ਇੰਨੀ ਗਲਤ ਤਰੀਕੇ ਨਾਲ ਉਹਨਾਂ ਨੇ ਉਹ ਕੀਤੀ ਨਾ ਕੀ ਕਹਿੰਦੇ ਮੰਮੀ ਥੈਰੇਪੀ ਬਈ ਉਹ ਮੇਰੀ ਥੈਰੇਪੀ ਕਰ ਰਹੀ ਸੀ ਕਿਹੜੀ ਮਸ਼ੀਨ ਨਾਲ ਕਰ ਰਹੀ ਸੀ ਕਿ ਪਹਿਲਾਂ ਤਾਂ ਉਹਨੇ ਮੇਰੇ ਹੌਟ ਪੈਕ ਲਾਇਆ ਯੈਸ ਹਾਂ 20 ਮਿੰਟ ਉਸ ਤੋਂ ਬਾਅਦ ਉਹ ਮਸ਼ੀਨਾਂ ਨਾਲ ਉਹਨੇ ਮੇਰੇ ਜੋ ਕੀਤਾ ਨਾ ਮੇਰੀਆਂ ਨਸਾਂ ਇੱਦਾਂ ਹੱਥ ਮੇਰਾ ਨੋਰਮਲ ਹੈ ਹਾਂ ਇੱਕ ਇੱਕ ਨਸ ਅਲੱਗ ਤਰੀਕੇ ਨਾਲ ਹਿੱਲ ਰਹੀ ਮੈਂ ਕਿਹਾ ਪੂਰੇ ਮਸਲ ਅੱਜ ਹੀ ਖੋਲ ਦੇਣਗੇ ਮੇਰੇ ਅਤੇ ਬੜੇ ਬੜੀ ਦਰਦ ਹੋ ਰਹੀ ਸੀਗੀ ਬਈ ਬੜੀ ਦਰਦ ਹੋ ਰਹੀ ਸੀ ਜਦੋਂ ਉਹ ਕਰ ਰਹੇ ਸੀਗੇ ਇੱਥੇ ਵੀ ਨਹੀਂ ਉਹ ਮੇਰੇ ਪੇਨ ਹੈ ਨਾ ਚੈਨ ਕਿੱਦਾਂ ਆਏਗਾ ਚੈਨ ਉਹਨੂੰ ਆਏਗਾ ਜਿਹਦੇ ਦਰਦ ਨਾ ਹੋਏ ਜਿਹਦੇ ਦਰਦ ਉਹਨੂੰ ਚੈਨ ਨਹੀਂ ਆਉਂਦਾ ਉਹਨੂੰ ਦਰਦ ਹੀ ਹੁੰਦਾ ਹੁੰਦਾ ਸੋ ਕਹਿੰਦੀ ਜਦੋਂ ਤੱਕ ਦਰਦ ਠੀਕ ਨਹੀਂ ਹੁੰਦਾ ਤੁਹਾਡੇ ਉਦੋਂ ਤੱਕ ਇਹ ਕਰਨਾ ਹੈ ਅਤੇ ਮੈਂ ਠੀਕ ਹੈ ਬਈ ਕਰੋ ਸੋ ਨਾਓ ਵੀ ਆਰ ਗੋਇੰਗ ਸਮਵੇਅਰ ਕਿੱਥੇ ਜਾ ਰਹੇ ਹਾਂ ਕੀ ਕਰ ਰਹੇ ਹਾਂ ਹਾਲੇ ਕੁਛ ਨਹੀਂ ਪਤਾ ਸੋਚਣਾ ਹਾਲੇ ਓਕੇ ਸੋਚ ਲੈਣ ਦਿਓ ਫਿਰ ਗੱਲ ਕਰਦੀ ਹਾਂ 1 ਵਜੇ ਤਾਂ ਨਿਕਲ ਹੋਇਆ ਹੈ ਨਾ ਲੰਚ ਤਾਂ ਕੀਤਾ ਨਹੀਂ ਸੀ ਸਵੇਰੇ ਬ੍ਰੇਕਫਾਸਟ ਹੀ ਕੀਤਾ ਸੀਗਾ ਅਤੇ ਨਿਕਲ ਗਏ ਸੀਗੇ ਅਤੇ ਹੁਣ ਭੁੱਖ ਬਹੁਤ ਲੱਗੀ ਹੈ 6 ਵੱਜਣ ਵਾਲੇ ਨੇ ਸੋ ਵੀ ਥੋਟ ਕਿ ਚਲੋ ਚੱਲਦੇ ਹਾਂ ਥੋੜ੍ਹਾ ਸਨੈਕਸ ਸਨੂਕਸ ਖਾਵਾਂਗੇ ਫਿਰ ਦੇਖਾਂਗੇ ਰੋਟੀ ਪਾਣੀ ਖਾ ਲਾਂਗੇ
भूख लगी है एंड मम्मा दा बर्थडे है सो केक कट करांगे। मम्मी तो हुन बहुत हंसी आएगी, हंसो हो रहा हंसो। मैं पापा ने क्या पापा ही डॉक्टर ने क्या है नहीं तो पापा ले लाइन बोलो ना। मैं क्या पापा ही डॉक्टर ने क्या है पार नहीं चकना। बर्थडे गर्ल नू दूर दूर तो विशेज आ रही ने है कि ताजा मैसेज वड्डी मम्मी दा मेरी वड्डी मम्मी कौन है वो है मेरी नानी ते मेरी माता दी माता ते जदो वड्डी मम्मी इत्थे आणगे उदो दिखावांगे कदी उन्हां नू तुहाडे नाल मिलवावांगे। हुणे तुसी फिलहाल उन्हां दी आवाज़ सुनो सुरीली आवाज़ सुनो सुना। ओए होए होए माँ दी खुशी देखो। ओए होए 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 मम्मी बड़ी खुश है। हुणे मैसेज आया ना मम्मी नूं जदों कहिंदी मेरी माँ दा मैसेज आ गया 6 बजे आया पर मैं क्या मम्मी पूरी टाइमिंग नोट कर रही है पर आर भरजाई दा बिल होया आ गया सवेरे। मैं क्या माँ दा नहीं आया माँ नूं नहीं हो गया माँ भुल गई पैदा करके माँ भुल गई माँ भुलदी नहीं है। माँ कहिंदी गलती हो गई मेरे तो माँ नहीं भुलदी है मम्मी हाँ? मम्मी बड़ी मम्मी कहती मेरे तो गलती होगी। गलती नहीं होगी एक लाडली धी होगी हाँ नाले दसा तुहानू ये चार भरावा दी कली कली भैन है किदां दा फील हुंदा है मैनू खंगण नहीं हुंदी पापा कहते मैनू खंगण नहीं हुंदी है मम्मी वधिया फील हुंदा लाइक शेयर कमेंट जरूर कर दें मेरे चैनल नू सब्सक्राइब कर लो। मिलते हैं फिर नेक्स्ट व्लॉग च बाय बाय।